ਗੁਰੂ ਪਿਆਰੀ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਭਾਈ ਸਾਹਿਬ ਭਾਈ ਵੀਰ ਸਿੰਘ ਜੀ ਦੀ ਇੱਕ ਅਮੋਲਕ ਲਿਖਤ ਸੁਖਮਨੀ ਸਾਹਿਬ ਸਟੀਕ ਦੀ ਤੀਜੀ ਅਸ਼ਟਪਦੀ, ਆਓ ਪਿਆਰ ਨਾਲ ਸਰਵਣ ਕਰੀਏ ਜੀ। ਭਰਾ ਕਥਨ, ਸਭ ਸਾਧਨਾ ਤੋਂ ਨਾਮ ਸ੍ਰੇਸ਼ਟ ਦੱਸਿਆ ਹੈ, ਹੋਰ ਸਾਧਨਾ ਦੀਆਂ ਕਮੀਆਂ ਦਰਸਾ ਕੇ ਨਾਮ ਧਾਰਨ ਦੀ ਪ੍ਰੇਰਨਾ ਕੀਤੀ ਹੈ। ਸਲੋਕ, ਬਹੁ ਸ਼ਾਸਤਰ ਬਹੁ ਸਿਮਰਤੀ, ਪੇਖੈ ਸਰਬ ਢੰਡੋਲ, ਪੂਜਸ ਨਾਈ ਹਰ ਹਰੇ, ਨਾਨਕ ਨਾਮ ਅਮੋਲ। ਅਰਥ, ਬਹੁਤ ਸ਼ਾਸਤਰ ਅਤੇ ਬਹੁਤ ਸਿਮਰਤੀਆਂ ਹਨ, ਉਹ ਸਾਰੇ ਹੀ ਵਿਚਾਰ ਕੇ ਦੇਖੇ ਹਨ, ਪਰਮੇਸ਼ਰ ਦੇ ਨਾਮ ਦੀ ਆਰਾਧਨਾ ਦੀ ਬਰਾਬਰੀ ਨੂੰ ਉਹ ਨਹੀਂ ਪਹੁੰਚ ਸਕਦੇ, ਕਿਉਂਕਿ ਇਹ ਸਾਰੇ ਮੁੱਲ ਵਿੱਚ ਹਨ, ਮੁੱਲ ਪਾਉਂਦੇ ਹਨ, ਪਰ ਨਾਮ ਅਮੁੱਲ ਹੈ ਅਤੇ ਅਮੁੱਲ ਵਿੱਚ ਲੈ ਜਾਂਦਾ ਹੈ। ਅਸ਼ਟਪਦੀ, ਜਾਪ ਤਾਪ ਗਿਆਨ ਸਭ ਧਿਆਨ, ਖੱਟ ਸ਼ਾਸਤਰ ਸਿਮਰਤ ਵਖਿਆਨ। ਅਰਥ, ਜੇ ਕੋਈ ਜਪ ਤਪ ਗਿਆਨ ਅਰ ਸਾਰੇ ਪ੍ਰਕਾਰ ਦੇ ਧਿਆਨ ਕਰੇ, ਛੇ ਸ਼ਾਸਤਰ ਅਤੇ ਸਿਮਰਤੀਆਂ ਦੇ ਵਿਖਿਆਨ ਸੁਣੇ, ਯੋਗ ਅਭਿਆਸ ਕਰਮ ਧਰਮ ਕਿਰਿਆ, ਸਗਲ ਤਿਆਗ ਬਨ ਮਧੇ ਫਿਰਿਆ। ਅਰਥ, ਯੋਗ ਅਤੇ ਅਭਿਆਸ ਕਰਮ ਕਾਂਡ ਦੇ ਦੱਸੇ ਕਰਮ, ਵਰਣ ਆਸ਼ਰਮ ਦੇ ਧਰਮ, ਪੂਜਾ ਆਦਿ ਕਿਰਿਆ ਦੀ ਕਮਾਈ ਕਰੇ, ਸਾਰੇ ਟੱਬਰ ਟੋਰ ਅਤੇ ਪਦਾਰਥਾਂ ਨੂੰ ਤਿਆਗ ਕੇ ਬਨ ਵਿੱਚ ਫਿਰਦਾ ਰਹੇ, ਅਨਕ ਪ੍ਰਕਾਰ ਕੀਏ ਬਹੁ ਜਤਨਾ, ਉਨ ਦਾਨ ਹੋਮੇ ਬਹੁ ਰਤਨਾ। ਅਰਥ, ਬਹੁਤੇ ਅਤੇ ਕਈ ਪ੍ਰਕਾਰ ਦੇ ਹੋਰ ਯਤਨ ਪਿਆ ਕਰੇ, ਜੈਸਾ ਕਿ ਪੁੰਨ ਦਾਨ ਕਰੇ ਅਤੇ ਘਿਓ ਆਦਿ ਕੀਮਤੀ ਪਦਾਰਥ ਅੱਗ ਵਿੱਚ ਪਾ ਕੇ ਹੋਮ ਪਿਆ ਕਰੇ, ਸਰੀਰ ਕਟਾਏ ਹੋਮੇ ਕਰ ਰਾਤੀ, ਵਰਤ ਨੇਮ ਕਰੇ ਬਹੁ ਭਾਂਤੀ। ਅਰਥ, ਸਗੋਂ ਸਰੀਰ ਨੂੰ ਕਟਾ ਕੇ ਰੱਤੀ ਰੱਤੀ ਕਰਕੇ ਹੋਮ ਕਰ ਦੇਵੇ, ਵਰਤ ਨੇਮ ਵੀ ਬਹੁਤੀਆਂ ਭਾਂਤਾਂ ਦੇ ਕਰੇ, ਨਹੀਂ ਤੁਲ ਰਾਮ ਨਾਮ ਵਿਚਾਰ, ਨਾਨਕ ਗੁਰਮੁਖ ਨਾਮ ਜਪੀਐ ਇੱਕ ਵਾਰ। ਪਰੰਤੂ ਰਾਮ ਨਾਮ ਦੇ ਵਿਚਾਰ ਦੇ ਤੁਲ ਇਹ ਸਾਰਾ ਕੁਛ ਨਹੀਂ ਹੈ। ਹੇ ਨਾਨਕ, ਗੁਰੂ ਦੁਆਰਾ ਪ੍ਰਾਪਤ ਨਾਮ ਜੋ ਇੱਕ ਵਾਰ ਜਪੀਏ, ਭਾਵ ਨਾਮ ਗੁਰੂ ਤੋਂ ਲੈ ਕੇ ਲਗਾਤਾਰ ਜਪੀਏ, ਤਾਂ ਪਿਛਲੇ ਕਹੇ ਸਾਰੇ ਕਰਮ ਉਸਦੇ ਤੁਲ ਨਹੀਂ ਹਨ। ਨੌਖੰਡ ਪ੍ਰਿਥਵੀ ਫਿਰੈ ਚਿਰ ਜੀਵੈ, ਮਹਾ ਉਦਾਸ ਤਪੀਸਰ ਥੀਵੈ। ਅਰਥ, ਕਿਉਂਕਿ ਜੇ ਕੋਈ ਨਵਾਂ ਖੰਡਾਂ ਵਾਲੀ ਪ੍ਰਿਥਵੀ ਸਾਰੀ ਫਿਰੇ ਅਤੇ ਬਹੁਤ ਚਿਰ ਤੱਕ ਵੀ ਜੀਵੇ, ਅਤੇ ਫਿਰ ਬੜਾ ਉਦਾਸ ਅਤੇ ਵੱਡਾ ਤਪੀ ਹੋ ਜਾਵੇ। ਅਗਨ ਮਾਹੇ ਹੋਮਤ ਪਰਾਨ, ਕਨਕ ਅਸਵ ਹੈਵਰ ਭੂਮਦਾਨ। ਅਰਥ, ਅਗਨੀ ਵਿੱਚ ਆਪਣੇ ਪ੍ਰਾਣਾਂ ਤੱਕ ਨੂੰ ਵੀ ਹੋਮ ਕਰੇ, ਸੋਨਾ ਘੋੜੇ ਕੋਤਲ ਘੋੜੇ ਭਾਉ ਵਧੀਆ ਕਿਸਮ ਦੇ ਘੋੜੇ ਅਤੇ ਪ੍ਰਿਥਵੀ ਦਾਨ ਕਰੇ, ਨਿਹੁਲੀ ਕਰਮ ਕਰੇ ਬਹੁ ਆਸਨ, ਜੈਨ ਮਾਰਗ ਸੰਜਮ ਅਤ ਸਾਧਨ। ਅਰਥ, ਨਿਉਲੀ ਕਰਮ ਤੋਂ ਭਾਵ ਹੈ ਪੇਟ ਨੂੰ ਹੱਠ ਯੋਗ ਦੇ ਤਰੀਕੇ ਨਾਲ ਫੇਰਨਾ, ਜਿਸ ਨਾਲ ਆਂਦਰਾਂ ਸਾਫ਼ ਰਹਿੰਦੀਆਂ ਹਨ। ਨੌਲੀ, ਇਹ ਕਰਮ ਕਰੇ, ਬਹੁਤੇ ਆਸਣ ਹੱਠ ਯੋਗ ਦੇ ਲਾਵੇ, ਜੈਨ ਮਤ ਦੇ ਕਰੜੇ ਸੰਜਮ ਅਤੇ ਅਤ ਦੇ ਔਖੇ ਸਾਧਨ ਕਰੇ, ਨਿਮਖ ਨਿਮਖ ਕਰ ਸਰੀਰ ਕਟਾਵੈ, ਤਉ ਵੀ ਹੋਮੈ ਮੈਲ ਨਾ ਜਾਵੇ। ਅਰਥ, ਰੱਤਾ ਰੱਤਾ ਕਰਕੇ ਸਰੀਰ ਕਟਾ ਦੇਵੇ, ਤਦ ਵੀ ਹੋਮੈ ਦੀ ਮੈਲ ਨਹੀਂ ਜਾਂਦੀ। ਹਰ ਕੈ ਨਾਮ ਸੰਸਰ ਕਛ ਨਾਹੇ, ਨਾਨਕ ਗੁਰਮੁਖ ਨਾਮ ਜਪਤ ਗਤ ਪਾਹੇ। ਅਰਥ, ਹੋਮੈ ਦੀ ਮੈਲ ਗਵਾਉਣ ਲਈ ਹਰੀ ਦੇ ਨਾਮ ਦੇ ਤੁਲ ਕੁਛ ਵੀ ਨਹੀਂ ਹੈ। ਹੇ ਨਾਨਕ, ਗੁਰਮੁਖ ਨਾਮ ਜਪ ਕੇ ਗਤੀ ਪ੍ਰਾਪਤ ਹੁੰਦੀ ਹੈ। ਮਨ ਕਾਮਨਾ ਤੀਰਥ ਦੇ ਛੁਟੈ, ਗਰਭ ਗੁਮਾਨ ਨਾ ਮਨ ਤੇ ਹੁਟੈ।
ਅਰਥ ਭਾਵੇਂ ਕੋਈ ਮਨ ਦੇ ਚਾਹੇ ਹੋਏ ਤੀਰਥਾਂ ਉੱਤੇ ਜਾ ਰਹੇ ਇਸ ਭਾਵਨਾ ਨਾਲ ਕਿ ਮੇਰੀ ਦੇਹ ਉੱਥੇ ਅੰਤ ਹੋਵੇ। ਭਾਵੇਂ ਕਿ ਮਨ ਦੀ ਕਾਮਨਾ ਇਸ ਤਰ੍ਹਾਂ ਦੀ ਹੋਵੇ ਕਿ ਅਮਕੇ ਤੀਰਥ 'ਤੇ ਮਰਾਂ 'ਤੇ ਮੁਕਤ ਹੋ ਸਕ, ਪਰ ਉਹ ਕੀ ਦੇਖੇਗਾ ਕਿ ਐਸਾ ਕਰਨੇ ਨਾਲ ਅਹੰਕਾਰ ਅਤੇ ਅਭਿਮਾਨ ਮਨ ਵਿੱਚੋਂ ਸਿਥਿਲ ਨਹੀਂ ਹੁੰਦਾ। ਸੋਚ ਕਰੇ ਦਿਨ ਸਰ ਰਾਤ ਮਨ ਕੀ ਮੈਲ ਨਾ ਤਨ 'ਤੇ ਜਾਤ, ਅਰਥ ਕਿਉਂਕਿ ਤੀਰਥਾਂ 'ਤੇ ਵਸ ਕੇ ਸਰੀਰ ਦੀ ਸ਼ੁੱਧੀ ਯਾਨੀ ਇਸ਼ਨਾਨ ਆਦਿਕ ਤਾਂ ਪਿਆ ਰਾਤ ਦਿਨ ਕਰੇਗਾ, ਪਰ ਮਨ ਦੀ ਮੈਲ ਇਸ ਤਨ ਦੀ ਮੈਲ ਧੋਣ ਨਾਲ ਦੂਰ ਨਹੀਂ ਹੁੰਦੀ। ਇਸ ਦੇਹੀ ਕੋ ਬਹੁ ਸਾਧਨਾ ਕਰੇ ਮਨ ਤੇ ਕਬਹੂ ਨਾ ਬਿਖਿਆ ਟਰੇ, ਅਰਥ ਕਿ ਇਸ ਦੇਹੀ ਨਾਲ ਕਿੰਨੀਆਂ ਬਹੁਤੀਆਂ ਸਾਧਨਾ ਪਿਆ ਕਰੇ ਮਨ ਤੋਂ ਵਿਸ਼ੇ ਭਾਵਨਾ ਕਦੀ ਦੂਰ ਨਹੀਂ ਹੋਵੇਗੀ। ਜਲ ਧੋਵੇ ਬਹੁ ਦੇਹ ਅਨੀਤ ਸੁਧ ਕਹਾਂ ਹੋਏ ਕਾਚੀ ਪੀਤ, ਅਰਥ ਭਲਾ ਜੇ ਕੋਈ ਕੱਚੀ ਕੰਧ ਨੂੰ ਜਲ ਨਾਲ ਬਹੁਤ ਧੋਵੇ ਤਾਂ ਉਹ ਕੋਈ ਸ਼ੁੱਧੋ ਚੱਲੀ ਹੈ, ਤਿਵੇਂ ਇਹ ਨਾਸ਼ਮਾਨ ਸਰੀਰ ਜੋ ਕੱਚੀ ਕੰਧ ਵਾਂਗੂ ਮਿੱਟੀ ਦਾ ਬਣਿਆ ਹੋਇਆ ਹੈ ਕਿਤੇ ਸ਼ੁੱਧ ਹੋ ਚੱਲਿਆ ਹੈ। ਮਨ ਹਰ ਕੇ ਨਾਮ ਕੀ ਮਹਿਮਾ ਊਚ ਨਾਨਕ ਨਾਮ ਉਦਰੈ ਪਤਤ ਬਹੁਮੂਚ, ਅਰਥ ਹੇ ਮੇਰੇ ਮਨ ਸੋਚ ਕਰਕੇ ਦੇਖ ਕੇ ਹਰੀ ਦੇ ਨਾਮ ਦੀ ਮਹਿਮਾ ਸਭ ਸਾਧਨਾ ਤੋਂ ਉੱਚੀ ਹੈ, ਜਿਸ ਨਾਲ ਮਨ ਸ਼ੁੱਧ ਹੁੰਦਾ ਹੈ ਤਾਂ ਇਸ ਨਾਮ ਨਾਲ ਵੱਡੇ ਵੱਡੇ ਪਾਪੀ ਮੁਕਤ ਹੋ ਗਏ ਹਨ। ਹੇ ਨਾਨਕ ਬਹੁਤ ਸਿਆਣਪ ਜਮਕਾ ਭਉ ਬਿਆ ਪੈ ਅਨਕ ਜਤਨ ਕਰ ਤ੍ਰਿਸ਼ਨ ਨਾ ਤਰਾਪੈ, ਅਰਥ ਅਤ ਦੀ ਚਤਰਾਈ ਕਰਨ ਨਾਲ ਸਗੋਂ ਜਮ ਦਾ ਭਾਉ ਵਾਪਰਦਾ ਹੈ, ਭਾਉ ਦਿਮਾਗੀ ਸਮਝ ਦੀ ਤੀਖਣਤਾ ਨਾਲ ਮੌਤ ਦਾ ਭੈ ਦੂਰ ਨਹੀਂ ਹੁੰਦਾ ਸਗੋਂ ਵੱਧਦਾ ਹੈ, ਕਿਉਂਕਿ ਐਸੇ ਅਨੇਕ ਯਤਨਾਂ ਨਾਲ ਤ੍ਰਿਸ਼ਨਾ ਨਹੀਂ ਸ਼ਾਂਤ ਹੁੰਦੀ ਜੋ ਮੂਲ ਹੈ ਮੌਤ ਦੇ ਭੈ ਦਾ। ਭੇਖ ਅਨੇਕ ਅਗਨ ਨਹੀਂ ਬੁਝੈ ਕੋਟ ਉਪਾਉ ਦਰਗਹਿ ਨਹੀਂ ਸਿਜੈ, ਅਰਥ ਜਿਵੇਂ ਸਿਆਣਪ ਨਾਲ ਤਿਵੇਂ ਹੀ ਹੈ ਮਨ ਬਹੁਤੇ ਭੇਖਾਂ ਕਰਕੇ ਵੀ ਤ੍ਰਿਸ਼ਨਾ ਦੀ ਅੱਗ ਨਹੀਂ ਬੁਝਦੀ, ਹੋਰ ਕਰੋੜਾਂ ਉਪਾਵਾਂ ਕਰਕੇ ਜੀਵ ਸਾਈਂ ਦੀ ਦਰਗਾਹ ਵਿੱਚ ਪ੍ਰਵਾਨ ਨਹੀਂ ਹੁੰਦਾ। ਛੂਟਸ ਨਾਹੀ ਉਬ ਪਿਆਲ ਮੂੰਹ ਬਿਆਪੈ ਮਾਇਆ ਜਾਲ, ਅਰਥ ਆਕਾਸ਼ ਵਿੱਚ ਉੱਡ ਗਿਆ ਜਾਂ ਪਾਤਾਲ ਵਿੱਚ ਉਤਰ ਗਿਆ ਵੀ ਜੀਵ ਨੂੰ ਛੁਟਕਾਰਾ ਨਹੀਂ ਮਿਲਦਾ, ਕਿਉਂਕਿ ਇਸ ਜੀਵ ਦੇ ਮਨ ਨੂੰ ਮੋਹ ਲੱਗ ਰਿਹਾ ਹੈ ਜੋ ਮਾਇਆ ਦੇ ਜਾਲ ਵਿੱਚੋਂ ਛੁੱਟਣ ਨਹੀਂ ਦਿੰਦਾ। ਅਵਰ ਕਰਤੂਤ ਸਗਲੀ ਜਮਡਾਨੈ ਗੋਵਿੰਦ ਭਜਨ ਬਿਨ ਤਿਲ ਨਹੀਂ ਮਾਨੈ, ਅਰਥ ਹੋਰ ਸਾਰੀਆਂ ਕਰਤੂਤਾਂ ਨੂੰ ਜਮ ਡੰਡ ਲਾਉਂਦਾ ਹੈ, ਗੋਬਿੰਦ ਦੇ ਭਜਨ ਬਿਨਾਂ ਇੱਕ ਤਿਲ ਨਹੀਂ ਮੰਨਦਾ, ਭਾਵ ਕਿ ਥੋੜ੍ਹਾ ਜਿੰਨਾ ਵੀ ਕਿਸੇ ਕਰਮ ਨੂੰ ਪ੍ਰਵਾਨ ਨਹੀਂ ਕਰਦਾ। ਹਰ ਕਾ ਨਾਮ ਜਪਤ ਦੁੱਖ ਜਾਏ ਨਾਨਕ ਬੋਲੇ ਸਹਿਜ ਸੁਭਾਏ, ਅਰਥ ਪਰ ਹਰੀ ਦਾ ਨਾਮ ਜਪਦਿਆਂ ਸਭ ਦੁੱਖ ਦੂਰ ਹੋ ਜਾਂਦੇ ਹਨ, ਤਾਂ ਤੇ ਚਾਹੀਦਾ ਹੈ ਕਿ ਜੀਵ ਪਰਮੇਸ਼ਰ ਦਾ ਨਾਮ ਸਹਿਜ ਸੁਭਾਅ ਲੈਂਦਾ ਰਹੇ। ਹੇ ਨਾਨਕ ਚਾਰ ਪਦਾਰਥ ਜੇ ਕੋ ਮੰਗੈ ਸਾਤ ਜਨਾ ਕੀ ਸੇਵਾ ਲਾਗੈ, ਅਰਥ ਜੇ ਕੋਈ ਚਾਰ ਹੀ ਪਦਾਰਥਾਂ ਭਾਵ ਧਰਮ ਅਰਥ ਕਾਮ ਮੋਖ ਦੀ ਮੰਗ ਕਰੇ ਤਾਂ ਚਾਹੀਦਾ ਹੈ ਕਿ ਉਹ ਸਾਤ ਜਨਾ ਦੀ ਸੇਵਾ ਵਿੱਚ ਲੱਗੇ। ਜੇ ਕੋ ਆਪਣਾ ਦੁੱਖ ਮਿਟਾਵੇ ਹਰ ਹਰ ਨਾਮ ਹਿਰਦੈ ਸਦ ਗਾਵੇ, ਅਰਥ ਜੇ ਕੋਈ ਆਪਣਾ ਦੁੱਖ ਮਿਟਾਇਆ ਚਾਹੁੰਦਾ ਹੈ ਤਾਂ ਹਰ ਹਰ ਨਾਮ ਹਿਰਦੇ ਵਿੱਚ ਸਦਾ ਗਾਵੇ। ਜੇ ਕੋ ਆਪਣੀ ਸੋਭਾ ਲੋਰੈ ਸਾਧ ਸੰਗ ਇਹ ਹੋਮੈ ਛੋਰੈ, ਅਰਥ ਜੇ ਕੋਈ ਆਪਣੀ ਸ਼ੋਭਾ ਦਾ ਲੋੜਵੰਦ ਹੈ ਤਾਂ ਸਾਧਾਂ ਦੇ ਸੰਗ ਵਿੱਚ ਜਾ ਕੇ
ਇਸ ਹਉਮੈ ਨੂੰ ਛੱਡੇ। ਜੇ ਕੋ ਜਨਮ ਮਰਨ ਤੇ ਡਰੈ ਸਾਧ ਜਨਾ ਕੀ ਸਰਨੀ ਪਰੈ। ਅਰਥ, ਜੇ ਕੋਈ ਜਨਮ ਮਰਨ ਤੋਂ ਡਰਦਾ ਹੈ ਤਾਂ ਸਾਧੂ ਪੁਰਖਾਂ ਦੀ ਸ਼ਰਣੀ ਜਾ ਪਵੇ। ਜਿਸ ਜਨ ਕੋ ਪ੍ਰਭ ਦਰਸ ਪਿਆਸਾ ਨਾਨਕ ਤਾਂ ਕੈ ਬਲ ਬਲ ਜਾਸਾ। ਅਰਥ, ਪਰ ਜਿਸ ਪੁਰਖ ਨੂੰ ਪ੍ਰਭੂ ਦੇ ਦਰਸ਼ਨ ਦੀ ਪਿਆਸ ਲੱਗ ਪਈ ਹੈ, ਗੁਰੂ ਨਾਨਕ ਜੀ ਫਰਮਾਉਂਦੇ ਹਨ ਕਿ ਮੈਂ ਉਸ ਦੇ ਬਲਿਹਾਰ ਬਲਿਹਾਰ ਜਾਵਾਂਗਾ। ਸਗਲ ਪੁਰਖ ਮੈਂ ਪੁਰਖ ਪ੍ਰਧਾਨ, ਸਾਧ ਸੰਗ ਜਾਂ ਕਾ ਮਿਟੈ ਅਭਿਮਾਨ। ਅਰਥ, ਸਾਰੇ ਪੁਰਖਾਂ ਵਿੱਚ ਉਹ ਪੁਰਖ ਪ੍ਰਧਾਨ ਸ੍ਰੇਸ਼ਟ ਪੁਰਖ ਹੈ ਜਿਸ ਦਾ ਕਿ ਸਤਸੰਗ ਦੁਆਰਾ ਅਭਿਮਾਨ ਜਾਂ ਹਉਮੈ ਦੂਰ ਹੋ ਜਾਵੇ। ਆਪਸ ਕੋ ਜੋ ਜਾਣੈ ਨੀਚਾ ਸੋ ਗਣੀਐ ਸਭ ਤੇ ਉੱਚਾ। ਅਰਥ, ਜੋ ਆਪਣੇ ਆਪ ਨੂੰ ਨੀਚ ਜਾਣਦਾ ਹੈ ਉਸ ਪੁਰਖ ਨੂੰ ਸਭ ਤੋਂ ਉੱਚਾ ਗਿਣੀਦਾ ਹੈ। ਜਾਂ ਕਾ ਮਨ ਹੋਏ ਸਗਲ ਕੀ ਰੀਨਾ ਹਰ ਹਰ ਨਾਮ ਤਿੰਨ ਘੱਟ ਘੱਟ ਚੀਨਾ। ਅਰਥ, ਜਿਸ ਦਾ ਮਨ ਸਭ ਦੀ ਰੇਣ ਭਾਵ ਧੂੜ ਹੋ ਗਿਆ ਹੋਵੇ ਤਾਂ ਜਾਣੋ ਕਿ ਉਸਨੇ ਹਰ ਹਿਰਦੇ ਵਿੱਚ ਹਰੀ ਤੇ ਹਰੀ ਦਾ ਨਾਮ ਨਿਵਾਸ ਰੱਖਦਾ ਵੇਖ ਲਿਆ ਹੈ। ਮਨ ਆਪਣੇ ਤੇ ਬੁਰਾ ਮਿਟਾਨਾ ਵੇਖੈ ਸਗਲ ਸ੍ਰਿਸ਼ਟ ਸਾਜਨ। ਅਰਥ, ਹਾਂ ਉਸਨੇ ਆਪਣੇ ਮਨ ਤੋਂ ਪਰਾਏ ਦਾ ਬੁਰਾ ਮਿਟਾ ਦਿੱਤਾ ਹੈ ਤੇ ਉਹ ਸਾਰੀ ਸ੍ਰਿਸ਼ਟੀ ਨੂੰ ਆਪਣਾ ਸੱਜਣ ਦੇਖਦਾ ਹੈ। ਸੁਖ ਦੁੱਖ ਜਨ ਸਮ ਦ੍ਰਿਸ਼ਟੇ ਤਾ ਨਾਨਕ ਪਾਪ ਪੁੰਨ ਨਹੀਂ ਲੇਪਾ। ਅਰਥ, ਪਰਮੇਸ਼ਰ ਦਾ ਐਸਾ ਦਾਸ ਸੁਖ ਦੁੱਖ ਨੂੰ ਇੱਕ ਤੁਲ ਕਰਕੇ ਭਾਵ ਇੱਕੋ ਜਿਹਾ ਦੇਖਦਾ ਹੈ। ਕਹਿੰਦੇ ਹਨ ਗੁਰੂ ਨਾਨਕ, ਉਸਨੂੰ ਪਾਪ ਪੁੰਨ ਦਾ ਲੇਪ ਨਹੀਂ। ਨਿਰਤਨ ਕੋ ਤਨ ਤੇਰੋ ਨਾਉ, ਨਿਥਾਵੇਂ ਕੋ ਨਾਉ ਤੇਰਾ ਥਾਉ। ਅਰਥ, ਅਰਦਾਸ ਕਰਦੇ ਹਨ, ਹੇ ਪ੍ਰਭੂ, ਧਨ ਤੋਂ ਹੀਣੇ ਪੁਰਖ ਨੂੰ ਤੇਰਾ ਨਾਮ ਹੀ ਧਨ ਹੈ, ਨਿਥਾਵੇਂ ਨੂੰ ਤੇਰਾ ਨਾਮ ਹੀ ਥਾਉ ਹੈ। ਨਿਮਾਣੇ ਕੋ ਪ੍ਰਭ ਤੇਰੋ ਮਾਨ, ਸਗਲ ਘਟਾਂ ਕੋ ਦੇਵੋ ਦਾਨ। ਅਰਥ, ਤੇਰਾ ਨਾਮ ਹੀ ਹੈ ਪ੍ਰਭੂ ਨਿਮਾਣੇ ਨੂੰ ਮਾਣ ਹੈ। ਕੇਵਲ ਨਿਰਧਨ ਨਿਥਾਵੇਂ ਨਿਮਾਣੇ ਨੂੰ ਨਹੀਂ, ਸਗੋਂ ਸਾਰੇ ਘਟਾਂ ਜੀਵਾਂ ਨੂੰ ਆਪ ਹੀ ਦਾਨ ਦੇ ਰਹੇ ਹੋ। ਕਰਨ ਕਰਾਵਨ ਹਾਰ ਸੁਆਮੀ, ਸਗਲ ਘਟਾਂ ਕੇ ਅੰਤਰ ਜਾਮੀ। ਅਰਥ, ਕਰਨ ਕਰਾਵਨ ਆਪ ਹੀ ਹੋ ਹੇ ਸੁਆਮੀ, ਤੇ ਸਭ ਘਟਾਂ ਦੇ ਅੰਦਰ ਦੀ ਜਾਣਨ ਵਾਲੇ ਹੋ। ਆਪਣੀ ਗਤ ਮਿਤ ਜਾਣੋ ਆਪੇ, ਆਪਨ ਸੰਗ ਆਪ ਪ੍ਰਭ ਰਾਤੇ। ਅਰਥ, ਪਰ ਆਪਣੀ ਗਤ ਮਿਤ ਤੁਸੀਂ ਆਪ ਹੀ ਜਾਣਦੇ ਹੋ, ਆਪਣੇ ਆਪ ਨਾਲ ਹੇ ਪ੍ਰਭੂ ਤੁਸੀਂ ਆਪ ਹੀ ਰਚ ਰਹੇ ਭਾਵ ਪ੍ਰੇਮ ਕਰ ਰਹੇ ਹੋ। ਤੁਮਰੀ ਉਸਤ ਤੁਮਤੇ ਹੋਏ ਨਾਨਕ ਅਵਰ ਨ ਜਾਣਸ ਕੋਏ। ਅਰਥ, ਤੁਹਾਡੀ ਉਸਤ ਤੁਹਾਥੋਂ ਹੀ ਹੋ ਸਕਦੀ ਹੈ। ਕਹਿੰਦੇ ਹਨ ਗੁਰੂ ਨਾਨਕ, ਤੁਹਾਡੀ ਸੰਪੂਰਨ ਉਸਤਤ ਕੋਈ ਹੋਰ ਨਹੀਂ ਜਾਣਦਾ। ਸਰਬ ਧਰਮ ਮੈਂ ਸ੍ਰੇਸ਼ਟ ਧਰਮ, ਹਰ ਕੋ ਨਾਮ ਜਪ ਨਿਰਮਲ ਕਰਮ। ਅਰਥ, ਹੇ ਜੀਵ, ਸਭਨਾ ਧਰਮਾਂ ਵਿੱਚੋਂ ਸ੍ਰੇਸ਼ਟ ਧਰਮ ਅਤੇ ਸਭਨਾ ਸ਼ੁਭ ਕਰਮਾਂ ਵਿੱਚੋਂ ਨਿਰਮਲ ਕਰਮ ਇਹ ਹੈ ਕਿ ਹਰੀ ਦਾ ਨਾਮ ਜਪ। ਸਗਲ ਕਿਰਿਆ ਮੈਂ ਉਤਮ ਕਿਰਿਆ, ਸਾਧ ਸੰਗ ਦੁਰਮਤ ਮਲ ਹਿਰਿਆ। ਅਰਥ, ਸਭ ਕਿਰਿਆ ਵਿੱਚੋਂ ਉੱਤਮ ਕਿਰਿਆ ਇਹ ਹੈ ਕਿ ਸਾਧਾਂ ਦੇ ਸੰਗ ਨਾਲ ਦੁਰਮਤ ਦੀ ਮੈਲ ਦੂਰ ਕਰ ਲਈ ਜਾਵੇ, ਭਾਵ ਮਤ ਪਾਪਾਂ ਤੋਂ ਪਵਿੱਤਰ ਕਰ ਲੈ। ਸਗਲ ਉਦਮ ਮੈਂ ਉਦਮ ਭਲਾ, ਹਰ ਕਾ ਨਾਮ ਜਪੋ ਜੀ ਸਦਾ। ਅਰਥ, ਹੇ ਜੀਵ, ਸਭ ਉਦਮਾਂ ਵਿੱਚੋਂ ਇਹ ਉਦਮ ਭਲਾ ਹੈ ਕਿ ਹਰੀ ਦਾ ਨਾਮ ਸਦਾ ਹਿਰਦੇ ਵਿੱਚ ਜਪੇ। ਸਗਲ ਬਾਣੀ ਮੈਂ ਅੰਮ੍ਰਿਤ ਬਾਣੀ,
ਹਰ ਕੋ ਜਸ ਸੁਨ ਰਸਨ ਬਖਾਨੀ। ਅਰਥ, ਸਭ ਬਾਣੀਆਂ ਵਿੱਚੋਂ ਅਮਰ ਕਰਨੇ ਵਾਲੀ ਬਾਣੀ ਉਹ ਹੈ ਜਿਸ ਨਾਲ ਜੀਵ ਹਰੀ ਦਾ ਜਸ ਸੁਣੇ ਅਤੇ ਆਪ ਵੀ ਜੀਵ ਨਾਲ ਵਰਣਨ ਕਰੇ। ਸਗਲ ਥਾਨ ਤੇ ਉਹ ਉਤਮ ਥਾਨ, ਨਾਨਕ ਜੈ ਘਟ ਵਸੈ ਹਰ ਨਾਮ। ਅਰਥ, ਸਭ ਅਸਥਾਨਾਂ ਵਿੱਚੋਂ ਉਹ ਰਿਧੇ ਰੂਪੀ ਥਾਂ ਉੱਤਮ ਹੈ ਜਿਸ ਰਿਧੇ ਰੂਪੀ ਥਾਂ ਵਿੱਚ ਕੇ ਹਰੀ ਦਾ ਨਾਮ ਵਸਦਾ ਹੈ, ਕਹਿੰਦੇ ਹਨ ਗੁਰੂ ਨਾਨਕ। ਗੁਰੂ ਰੂਪ ਪਿਆਰੀ ਸਾਧ ਸੰਗਤ ਜੀ, ਇਹ ਸੀ ਅਸ਼ਟਪਦੀ ਤੀਜੀ ਦਾ ਅਰਥ। ਅਗਲੀ ਅਸ਼ਟਪਦੀ ਆਪ ਜੀ ਨੂੰ ਅੱਗੇ ਸਰਵਣ ਕਰਾਉਣ ਦੀ ਕੋਸ਼ਿਸ਼ ਕਰਾਂਗੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ।